ਉਹ ਨੌਜਵਾਨ ਜਿਹੜੇ 2 ਮਹੀਨੇ ਕਿਸੇ ਦੇ ਨਾਲ ਖੜੇ ਹੋ ਕੇ ਕੰਮ ਕਰ ਲੈਂਦੇ ਆ, 2 ਮਹੀਨੇ ਰਾਤ ਕਿਸੇ ਦੇ ਨਾਲ ਸਫ਼ਰ ਕਰ ਲੈਂਦੇ ਆ, ਔਰ ਫਿਰ ਉਹ ਘਰ ਨੂੰ ਛੱਡ ਕੇ ਚਲੇ ਜਾਂਦੇ, ਕਹਿੰਦੇ ਜੀ ਅਸੀਂ ਵਿਆਹ ਕਰਾਉਣਾ ਸੀ, ਇਹਨਾਂ ਦੇ ਨਾਲ ਪਿਆਰ ਕਰਦੇ ਆ। ਕੀ ਤੁਹਾਡੇ ਮਾਂ ਪਿਓ ਨੇ 20-22 ਸਾਲ ਤੁਹਾਡੇ ਨਾਲ ਨਫ਼ਰਤ ਹੀ ਕੀਤੀ ਕਿ ਤੁਹਾਡੇ ਗੰਦੇ ਪੋਤੜੇ ਵੀ ਬਦਲਦੇ ਰਹੇ? ਉਹ ਪਿਆਰ ਨਹੀਂ ਸੀ। ਤੁਹਾਡੀ ਮਾਂ ਨੇ ਸਬਜ਼ੀ ਨਹੀਂ ਖਾਧੀ ਪਰ ਤੁਹਾਨੂੰ ਸਬਜ਼ੀ ਨਾਲ ਰੋਟੀ ਦਿੱਤੀ, ਉਹਨੇ ਲੂਣ ਭੁੱਕ ਕੇ ਖਾ ਲਈ, ਕੀ ਉਹ ਪਿਆਰ ਨਹੀਂ ਸੀ? ਤੁਹਾਨੂੰ ਬੁਖਾਰ ਚੜਿਆ, ਖੰਘ ਲੱਗੀ, ਉਹ ਆਪ ਨਹੀਂ ਸਾਰੀ ਰਾਤ ਸੁੱਤੀ, ਤੁਹਾਡੇ ਮੱਥਿਆਂ ਤੇ ਪੱਟੀਆਂ ਰੱਖਦੀ ਰਹੀ, ਕੀ ਉਹ ਪਿਆਰ ਨਹੀਂ ਸੀ? ਤੁਸੀਂ ਅੰਨੇ ਹੋ ਗਏ ਹੋ ਕਿਉਂਕਿ ਤੁਹਾਨੂੰ 20-22 ਸਾਲ ਦਾ ਪਿਆਰ ਨਜ਼ਰ ਨਹੀਂ ਆਉਂਦਾ, ਤੇ ਤੁਸੀਂ 2 ਮਹੀਨਿਆਂ ਦੀ ਲਸਟ ਨੂੰ, 2 ਮਹੀਨਿਆਂ ਦੀ ਹਵਸ ਨੂੰ, 2 ਮਹੀਨਿਆਂ ਦੇ ਵਿਚਾਰਕ ਰਿਸ਼ਤੇ ਨੂੰ ਤੇ ਅੱਖਾਂ ਦੀ ਭੁੱਖ ਨੂੰ, ਸਰੀਰਕ ਕਾਮਨਾ ਨੂੰ ਤੁਸੀਂ ਪਿਆਰ ਦਾ ਨਾਮ ਦੇ ਦਿੱਤਾ। ਮੋੜਾ ਉਹ ਆਪਣੇ ਗਲਤ ਰਾਹ ਦੇ ਉੱਤੋਂ। ਜਦੋਂ ਮਾਤਾ ਪਿਤਾ ਕਿਸੇ ਦੀ ਸ਼ਾਦੀ ਕਰਦੇ ਆ ਨਾ, ਤੇ ਹਰ ਰੋਜ਼ ਬਲੈਸਿੰਗ ਨਿਕਲਦੀਆਂ ਉਹਨਾਂ ਦੇ ਅੰਦਰੋਂ ਕਿ ਹੇ ਪਰਮੇਸ਼ਵਰ ਸਾਡੇ ਨਿਆਣਿਆਂ ਨੂੰ ਖੁਸ਼ੀ ਦੇਵੀਂ, ਹੇ ਪਰਮੇਸ਼ਵਰ ਇਹ ਅੱਗੇ ਵਧਣ, ਹੇ ਪਰਮੇਸ਼ਵਰ ਇਹਨਾਂ ਦੀ ਅੰਸ ਵਧੇ, ਹੇ ਪਰਮੇਸ਼ਵਰ ਸਾਡੀ ਧੀ ਸੌਖੀ ਰਵੇ, ਇਹਨੂੰ ਦੁਨੀਆਂ ਦੀਆਂ ਖੁਸ਼ੀਆਂ ਮਿਲਣ, ਸਾਡਾ ਪੁੱਤ ਤਰੱਕੀਆਂ ਕਰੇ, ਇਹਨੂੰ ਨੌਕਰੀ ਮਿਲੇ, ਇਹਨੂੰ ਬਰਕਤ ਮਿਲੇ। ਐਵਰੀ ਡੇ ਉਹ ਤੁਹਾਨੂੰ ਬਲੈਸ ਕਰਦੇ ਆ, ਤੇ ਜਿੱਧਰ ਤੁਸੀਂ ਇਹੋ ਜਿਹੇ ਸੱਚੇ ਪਿਆਰ ਨੂੰ ਲੱਤ ਮਾਰ ਕੇ ਚਲੇ ਜਾਂਦੇ ਆ, ਤੇ ਤੁਸੀਂ ਕੀ ਸੋਚਦੇ ਪਰਮੇਸ਼ਵਰ ਤੁਹਾਡੇ ਫੇਵਰ ਦੇ ਵਿੱਚ ਖੜਾ ਹੋਏਗਾ? ਨੈਵਰ ਐਵਰ, ਕਦੀ ਵਾਸਤੇ ਨਹੀਂ ਹੋ ਸਕਦਾ। ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਆ, ਵਿਚਾਰ ਤੋਂ ਮੁੜੋ, ਆਗਿਆਕਾਰੀ ਦੇ ਵਿੱਚ ਆਓ। ਠੀਕ ਹੈ, ਤੁਹਾਡਾ ਕਿਸੇ ਵੱਲ ਆਕਰਸ਼ਣ ਹੋ ਸਕਦਾ ਆ, ਨਾਰਮਲ ਗੱਲ ਆ, ਕੋਈ ਵੱਡੀ ਗੱਲ ਨਹੀਂ ਆ। ਉਸ ਚੀਜ਼ ਨੂੰ ਪਰਮੇਸ਼ਵਰ ਦੇ ਅੱਗੇ ਰੱਖੋ, ਉਸ ਚੀਜ਼ ਨੂੰ ਆਪਣੇ ਮਾਤਾ ਪਿਤਾ ਦੇ ਨਾਲ ਸ਼ੇਅਰ ਕਰੋ, ਉਸ ਚੀਜ਼ ਦੇ ਲਈ ਪ੍ਰਾਰਥਨਾ ਕਰੋ। ਔਰ ਨੌਜਵਾਨਾਂ ਨੂੰ ਮੈਂ ਇਹ ਖਾਸ ਤੌਰ ਤੇ ਕਹਿਣਾ ਚਾਹੁੰਦੀ ਹਾਂ ਕਿ ਉਹ ਪ੍ਰਾਰਥਨਾ ਕਰਨ ਕਿ ਹੇ ਪਰਮੇਸ਼ਵਰ, ਅਗਰ ਉਹ ਮੁੰਡੇ ਆ ਤੇ ਉਹ ਕਹਿਣ ਕਿ ਹੇ ਪਰਮੇਸ਼ਵਰ, ਜਿਹੜੀ ਪਸਲੀ ਤੂੰ ਮੇਰੇ ਨਾਲ ਬਣਾਈ ਆ, ਜਿਹੜੀ ਮੇਰੇ ਨਾਲ ਵਫਾਦਾਰ ਰਹਿਣ ਵਾਲੀ ਆ, ਜਿਹੜੀ ਮੇਰੇ ਨਾਲ ਮਿਲ ਕੇ ਤੇਰੀ ਉਸਤਤ ਕਰਨ ਵਾਲੀ ਔਰ ਤੇਰੇ ਵੱਲੋਂ ਠਹਿਰਾਈ ਹੋਈ ਆ, ਉਹ ਮੇਰੇ ਜੀਵਨ ਵਿੱਚ ਆਏ, ਤੁਸੀਂ ਕਦੀ ਵੀ ਆਪਣੀ ਪਤਨੀ ਦੇ ਨਾਲ ਲੜਾਈ ਆਪਣੇ ਜੀਵਨ ਚ ਨਹੀਂ ਦੇਖੋਗੇ। ਇਸੇ ਤਰ੍ਹਾਂ ਨੌਜਵਾਨ ਲੜਕੀਆਂ ਪ੍ਰਾਰਥਨਾ ਕਰਨ ਕਿ ਹੇ ਪਿਤਾ ਪਰਮੇਸ਼ਵਰ, ਜਿਸ ਆਦਮ ਨੂੰ ਤੁਸੀਂ ਮੇਰੇ ਲਈ ਬਣਾਇਆ, ਜਿਸ ਆਦਮ ਦੀ ਮੈਂ ਪਸਲੀ ਆ, ਜਿਹੜਾ ਤੁਹਾਡੇ ਵੱਲੋਂ ਚੁਣਿਆ ਹੋਇਆ ਆ, ਉਹ ਮੇਰੀ ਜ਼ਿੰਦਗੀ ਦੇ ਵਿੱਚ ਭੇਜਿਆ ਜਾਵੇ, ਕਦੀ ਤੁਹਾਡੀਆਂ ਅੱਖਾਂ ਦੇ ਵਿੱਚ ਅੱਥਰੂ ਨਹੀਂ ਆਉਣਗੇ, ਜ਼ਿੰਦਗੀ ਭਰ ਤੁਸੀਂ ਖੁਸ਼ ਤੇ ਆਬਾਦ ਰਹੋਗੇ। ਮੈਂ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਪਿਆਰ 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 ਕਹਿ ਕੇ ਪਿਆਰ ਦੀ ਵੈਲਿਊ ਨੂੰ ਖਤਮ ਨਾ ਕਰੋ, ਪਿਆਰ ਦੇ ਮਤਲਬ ਨੂੰ ਭ੍ਰਿਸ਼ਟ ਨਾ ਕਰੋ। ਤੁਸੀਂ ਵਿਗਾੜ ਕੇ ਰੱਖ ਦਿੱਤਾ ਪਿਆਰ ਦਾ ਮਤਲਬ, ਤੁਸੀਂ ਪਿਆਰ ਨੂੰ ਉਹ ਸ਼ਬਦ ਬਣਾ ਦਿੱਤਾ ਕਿ ਪਰਿਵਾਰ ਦੇ ਵਿੱਚ ਖਲੋਤਿਆਂ ਅਗਰ ਕੋਈ ਆਈ ਲਵ ਯੂ ਕਹਿ ਦੇਵੇ ਨਾ, ਤੇ ਮਾਂ ਪਿਓ ਦਾ ਜੀ ਕਰਦਾ ਵੀ ਇਹਨੂੰ ਜਿੰਦਾ ਜ਼ਮੀਨ ਚ ਗੱਡ ਦਿੱਤਾ ਜਾਵੇ। ਤੁਸੀਂ ਇੰਨੀ ਉਹਦੀ ਜਿਹੜੀ ਆ ਉਹਦੀ ਅਸਲ ਵੈਲਿਊ ਨੂੰ ਇੰਨਾ ਡਾਊਨ ਕਰ ਦਿੱਤਾ, ਇੰਨਾ ਖਰਾਬ ਮਤਲਬ ਬਣਾ ਦਿੱਤਾ। ਇਹ ਕਹਿਣਾ ਕਿ ਮੈਂ ਤੈਨੂੰ ਪਿਆਰ ਕਰਦਾ ਆ ਇਹ ਮਾੜੀ ਗੱਲ ਨਹੀਂ ਆ, ਪਰ ਤੁਸੀਂ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਰਿਸ਼ਤੇ ਨੂੰ ਤੁਸੀਂ ਵਿਭਚਾਰ ਰੱਖਦੇ ਆ, ਪਰ ਤੁਸੀਂ ਵਿਭਚਾਰ ਦਾ ਨਾਮ ਪਿਆਰ ਰੱਖ ਦਿੱਤਾ। ਵਿਭਚਾਰ ਦਾ ਸ਼ਬਦ ਫੈਮਲੀਅਰ ਵਰਡ ਨਹੀਂ ਆ, ਇੱਕ ਲਸਟ ਵਰਡ, ਹਵਸ ਸ਼ਬਦ, ਇਹ ਪਰਿਵਾਰਿਕ ਸ਼ਬਦ ਨਹੀਂ ਆ, ਇਹਦਾ ਇਸਤੇਮਾਲ ਪਰਿਵਾਰਿਕ ਰਿਸ਼ਤੇ ਵਿੱਚ ਨਹੀਂ ਹੁੰਦਾ। ਪਰ ਤੁਸੀਂ ਵਿਭਚਾਰ ਦਾ ਨਾਮ ਜਿਹੜਾ ਬਦਲ ਕੇ ਉਹਨੂੰ ਪਿਆਰ ਰੱਖ ਦਿੱਤਾ, ਇਸ ਲਈ ਪਿਆਰ ਦਾ ਨਾਮ ਰਿਸ਼ਤੇ ਦੇ ਵਿੱਚੋਂ ਖਤਮ ਹੋਣਾ ਸ਼ੁਰੂ ਹੋ ਗਿਆ।